ਕੇਂਦਰ ਸਰਕਾਰ ਦੀ ਤਰਫੋਂ ਬਜਟ ਪੇਸ਼ ਕੀਤਾ ਜਾ ਰਿਹਾ ਆਖਰੀ ਬਜਟ ਹੋਵੇਗਾ, ਕਿਉਂਕਿ ਇਸ ਤੋਂ ਬਾਅਦ ਜਿਹੜੀ ਹੈਗੀ ਲੋਕ ਸਭਾ ਚੋਣਾਂ ਨਜ਼ਦੀਕ ਹੈਗੀਆਂ ਅਤੇ ਸਾਡੇ ਕੋਲ ਗੌਰਮੈਂਟ ਟੀਚਰ ਮੌਜੂਦ ਹੈਗੇ, ਉਹਨਾਂ ਗੱਲਬਾਤ ਕਰਦੇ ਹੈਗੇ ਕਿਸ ਤਰ੍ਹਾਂ ਬਜਟ ਚਾਹੁੰਦੇ ਹੈਗੇ, ਕੀ ਮੈਨੂੰ ਉਮੀਦ ਹੈਗੀਆਂ? ਹਾਂ ਸਰ, ਕੀ ਕਹਿਣਾ ਚਾਹੁੰਦਾ ਬਜਟ ਪੇਸ਼ ਹੋ ਰਿਹਾ ਹੈਗਾ, ਕਿਸ ਤਰ੍ਹਾਂ ਤੁਸੀਂ ਬਜਟ ਚਾਹੁੰਦੇ ਹੋ, ਕੀ ਬਾਰੇ ਕੀ ਕਹਿਣਾ ਬਾਰੇ? ਜੀ, ਸਰਕਾਰ ਦਾ ਲਾਸਟ ਬਜਟ ਹੈ ਜੀ। ਸਾਨੂੰ ਹਰ ਵਾਰ ਬਹੁਤ ਉਮੀਦਾਂ ਹੁੰਦੀਆਂ ਨੇ, ਹਰ ਵਰਗ ਨੂੰ ਉਮੀਦਾਂ ਹੁੰਦੀਆਂ, ਚਾਹੇ ਉਹ ਮੁਲਾਜ਼ਮ ਹੋਵੇ, ਚਾਹੇ ਆਮ ਵਰਗ ਹੋਵੇ, ਚਾਹੇ ਵਪਾਰੀ ਹੋਵੇ ਜੀ, ਕੋਈ ਵੀ ਹੋਵੇ, ਉਹਨੂੰ ਹਰ ਇੱਕ ਨੂੰ ਬਹੁਤ ਉਮੀਦਾਂ ਹੁੰਦੀਆਂ। ਵੀ ਸਾਡੀ ਉਮੀਦ ਹੈ, ਸਾਨੂੰ ਇਹ ਉਮੀਦ ਇਹ ਹੈ ਵੀ ਜਿਹੜੀ ਟੈਕਸ ਕਰ ਹੈ ਉਹਦੀ ਛੂਟ ਵਧਾਈ ਜਾਵੇ ਜੀ, ਕਿਉਂਕਿ ਜਿਹੜੀ ਓਲਡ ਟੈਕਸ ਸਕੀਮ ਹੈ ਜੀ, ਉਹਦੇ ਵਿੱਚ 1.5 ਲੱਖ ਸੇਵਿੰਗ ਜਿਹੜੀ ਹੈਗੀ ਉਹ ਬਹੁਤ ਚਿਰ ਤੋਂ ਬਹੁਤ ਸਾਲਾਂ ਚੱਲੀ ਆ ਰਹੀ ਹੈ। ਉਹ ਨਾ ਇੰਨਾ ਸਰਕਾਰ ਨੇ ਚੇਂਜ ਕੀਤਾ, ਨਾ ਪਿਛਲੀ ਸਰਕਾਰ ਨੇ, ਉਹ 1.5 ਲੱਖ ਅਤੇ 1.5 ਲੱਖ ਹੈ, ਤਾਂ ਉਹ ਜਿਹੜੀ ਸੇਵਿੰਗ ਹੈ 1.5 ਲੱਖ ਤੋਂ ਘੱਟੋ ਘੱਟ 3 ਲੱਖ ਜਾਂ 2.5 ਲੱਖ ਕੀਤੀ ਜਾਵੇ। ਜਿਹੜੀ ਸਟੈਂਡਰਡ ਡਿਡਕਸ਼ਨ ਹੈ ਜੀ, ਉਹ 50 ਤੋਂ ਘੱਟੋ 1.5 ਲੱਖ ਜਾਂ 2 ਲੱਖ ਕੀਤੀ ਜਾਵੇ। ਜਿਹੜੀ ਨਿਊ ਟੈਕਸ ਸਕੀਮ ਹੈ ਜੀ, ਉਹਦੇ ਵਿੱਚ ਸੇਵਿੰਗ ਕੋਈ ਨਹੀਂ ਹੈਗੀ, ਕਈ ਸਟੈਂਡਰਡ ਡਿਡਕਸ਼ਨ ਹੀ ਹੈ 50,000 ਦੀ, ਉਹਨੂੰ ਵਧਾ ਕੇ ਸਰਕਾਰ ਨੂੰ ਵੀ 1.5 ਲੱਖ ਜਾਂ 2 ਲੱਖ ਕਰਨੀ ਚਾਹੀਦੀ ਹੈ ਜੀ। ਜਿਹੜੀ ਸਲੈਬ ਹੈ 0-3 ਹੈ ਜੀ, ਉਹ 0-5 ਕਰਨੀ ਚਾਹੀਦੀ ਹੈ, ਅਤੇ 5 ਤੋਂ ਬਾਅਦ ਜਿਹੜੀ 10 ਤੱਕ ਹੈ ਉੱਥੇ ਉਹਨੂੰ ਸਰਕਾਰ ਨੂੰ 5% ਟੈਕਸ ਜਿਹੜਾ ਹੈ ਲਗਾਉਣਾ ਚਾਹੀਦਾ। ਸਾਡੇ ਕੋਲ ਹੋਰ ਵੀ ਟੀਚਰ ਹੈਗੇ, ਹਾਂਜੀ ਮੈਡਮ, ਕੀ ਕਹਿਣਾ ਚਾਹੁੰਦਾ ਜਿਹੜਾ ਬਜਟ ਆ ਰਿਹਾ ਹੈਗਾ, ਕਿਸ ਤਰ੍ਹਾਂ ਤੁਹਾਨੂੰ ਉਮੀਦ ਹੈਗੀ, ਕੀ ਕਹਿਣਾ ਬਾਰੇ? ਹਾਂਜੀ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਜੋ ਆਪਣੇ ਫਾਈਨਾਂਸ ਮਿਨਿਸਟਰ ਇੱਕ ਲੇਡੀ ਹੈ, ਠੀਕ ਹੈ, ਅਤੇ ਉਹ ਬਜਟ ਹੁਣ ਸਾਨੂੰ ਬਹੁਤ ਉਮੀਦ ਹੈ ਕਿ ਉਹ ਲੇਡੀਜ਼ ਦਾ ਖਾਸ ਕੋਈ ਇਹਦੇ ਵਿੱਚ ਕੋਈ ਸਪੈਸ਼ਲ ਕੋਈ ਸਕੀਮ ਵੀ ਲਿਆਉਂਦੀ ਜਾ ਸਕਦੀ ਹੈ, ਜਿਵੇਂ ਸਾਡੇ ਬੱਚੇ ਹੈ, ਕੋਈ ਬੇਟੀਆਂ ਲਈ ਕੋਈ ਸਪੈਸ਼ਲ ਸਕੀਮ ਆ ਜਾਏ ਤਾਂ ਕਿ ਉਹਨਾਂ ਦੇ ਫਿਊਚਰ ਕੋਈ ਸੇਫ ਹੋ ਸਕੇ। ਇਹਦੇ ਨਾਲ ਹੀ ਅਸੀਂ ਇੰਪਲੋਈ ਹਾਂ ਤਾਂ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸਾਡੀ ਓਲਡ ਪੈਨਸ਼ਨ ਸਕੀਮ ਹੈ ਵੀ ਉਹ ਕੇਂਦਰ, ਜਿਵੇਂ ਕੁਝ ਸਟੇਟਸ, ਸਾਡੀ ਸਰਕਾਰ ਪੰਜਾਬ ਸਰਕਾਰ ਨੇ ਵੀ ਹੁਣ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ, ਪਰ ਉੱਥੋਂ ਸੈਂਟਰ ਵੱਲੋਂ ਉਹਦੀ ਕੋਈ ਹਰੀ ਝੰਡੀ ਨਹੀਂ ਮਿਲ ਰਹੀ। ਤਾਂ ਸਪੈਸ਼ਲੀ ਅਸੀਂ ਇਹ ਚਾਹਾਂਗੇ ਕਿ ਬਜਟ ਦੇ ਵਿੱਚ ਇਹ ਵੀ ਇੱਕ ਤਜਵੀਜ਼ ਆਵੇ ਵੀ ਜੋ ਓਲਡ ਪੈਨਸ਼ਨ ਸਕੀਮ ਹੈ ਸਾਨੂੰ ਉਹ ਬਹਾਲ ਕੀਤੀ ਜਾਵੇ ਤਾਂ ਕਿ ਸਾਡਾ ਜੋ ਆਉਣ ਵਾਲਾ ਸਮਾਂ ਹੈ, ਬੁਢਾਪਾ ਹੈ ਸਾਡਾ, ਉਹ ਸੇਫ ਹੋ ਸਕੇ। ਹੋਰ ਵੀ ਟੀਚਰ ਗੱਲਬਾਤ ਕਰਦਾ ਜੀ, ਮੈਡਮ ਕੀ ਕਹਿਣਾ ਚਾਹੁੰਗੇ, ਬਜਟ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ, ਕੀ ਕਹਿਣਾ ਬਾਰੇ? ਬਜਟ ਵਿੱਚ ਸਰਕਾਰ ਨੂੰ ਜਿਹੜੀ ਹੈ ਮਹਿੰਗਾਈ 'ਤੇ ਜ਼ਰੂਰ ਨਕੇਲ ਪਾਉਣੀ ਚਾਹੀਦੀ ਹੈ, ਕਿਉਂਕਿ ਜਿਹੜਾ ਹੈ ਆਮ ਵਰਗ ਹੈ ਉਹਦਾ ਚੁੱਲ੍ਹਾ ਚੌਂਕਾ ਜਿਹੜਾ ਹੈ ਚੱਲਣਾ ਬਹੁਤ ਮੁਸ਼ਕਲ ਹੋ ਗਿਆ ਹੈ, ਗਰੀਬ ਵਰਗ ਵਾਸਤੇ ਤਾਂ ਬਹੁਤ ਜ਼ਿਆਦਾ, ਅਤੇ ਜਿਹੜੇ ਮੱਧ ਵਰਗੀ ਹੈ ਉਹ ਇਸ ਚੀਜ਼ ਵਿੱਚ ਪਿਸ ਜਾਂਦੇ ਹਨ। ਇਸ ਕਰਕੇ ਇੱਕ ਤਾਂ ਜਿਹੜਾ ਹੈ ਗੈਸ ਸਿਲੰਡਰ ਦੀ ਜਿਹੜੀ ਹੈ ਕੀਮਤ ਘਟਣੀ ਚਾਹੀਦੀ ਹੈ, ਅਤੇ ਜਿਹੜੇ ਪੈਟਰੋਲ ਅਤੇ ਡੀਜ਼ਲ ਹੈ ਉਹ ਇਹਨਾਂ ਨੂੰ GST ਦੇ ਅਧੀਨ ਲਿਆਉਣੇ ਚਾਹੀਦੇ ਆ ਤਾਂ ਕਿ ਜਿਹੜੀ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਘੱਟ ਜਾਵੇ। ਸਾਡੇ ਕੋਲ ਹੋਰ ਵੀ ਹੈਗੇ ਟੀਚਰ, ਹਾਂਜੀ ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਬਜਟ ਹੋਣਾ ਚਾਹੀਦਾ ਹੈ? ਸਰ, ਹਾਂਜੀ, ਬਜਟ ਦੇਖੋ ਸਰ, ਪਹਿਲੀ ਗੱਲ ਤਾਂ ਇਹ ਜਿਵੇਂ ਸਰ ਨੇ ਪਹਿਲਾਂ ਗੱਲ ਕੀਤੀ ਆ ਵੀ ਬਜਟ ਦੇ ਵਿੱਚ ਜਿਹੜੀ ਆਪਣੇ ਟੈਕਸ ਦੀ ਛੋਟ ਹੈ ਜਿਹੜੀ ਬਹੁਤ ਘੱਟ ਨਹੀਂ, ਬਹੁਤ ਪੁਰਾਣੇ ਸਮੇਂ ਤੋਂ ਉਹੀ ਸਲੈਬ ਚੱਲ ਰਹੀ ਆ, ਉਹਦੇ ਵਿੱਚ ਛੋਟ ਮੰਨਣੀ ਚਾਹੀਦੀ ਆ। ਇੱਕ ਹੁਣ ਜਿਹੜੇ ਨਵੇਂ ਟੈਕਸ ਸਕੀਮ ਦੇ ਵਿੱਚ ਜਿਹੜੀਆਂ ਇਹਨਾਂ ਨੇ ਸਲੈਬ ਬਣਾਈਆਂ ਉਹ ਇੰਨੀਆਂ ਛੋਟੀਆਂ ਕਰਤੀਆਂ ਵੀ ਜੋ ਪੁਰਾਣੀ ਟੈਕਸ ਸਕੀਮ ਦੇ ਵਿੱਚ ਜਿਹੜੇ ਬੰਦੇ ਨੂੰ ਟੈਕਸ ਨਹੀਂ ਪੈਂਦਾ ਸੀ ਹੁਣ ਉਹ ਵੀ ਵਿੱਚ ਕਵਰ ਹੋ ਰਿਹਾ। ਅਤੇ ਦੂਜੀ ਰਹੀ ਗੱਲ ਵੀ 2018 ਤੋਂ ਬਾਅਦ ਵਾਲੇ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਨੂੰ ਸੈਂਟਰ ਵਾਲੇ ਪੇ ਸਕੇਲ ਮਿਲ ਰਹੇ ਆ। ਸੈਂਟਰ ਵਾਲੇ ਪੇ ਸਕੇਲ ਅਤੇ ਸਟੇਟ ਦੇ ਪੇ ਸਕੇਲਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ, ਬਲਕਿ ਦੋਨੇ ਮੁਲਾਜ਼ਮ ਇੱਕੋ ਥਾਂ 'ਤੇ ਇੱਕੋ ਜਿਹਾ ਕੰਮ ਕਰ ਰਹੇ ਆ। ਸਾਨੂੰ ਚਾਹੀਦਾ ਵੀ ਜੇ ਸਰਕਾਰ ਸਾਰੇ ਕਿਤੇ ਆਪਣੇ ਸੈਂਟਰ ਦਾ ਪੇ ਸਕੇਲ ਲਾਗੂ ਕਰ ਰਹੀ ਹੈ ਤਾਂ ਥੋੜ੍ਹਾ ਜਿਹਾ ਧਿਆਨ ਰੱਖਿਆ ਜਾਵੇ ਵੀ ਬਰਾਬਰ ਕੰਮ ਅਤੇ ਬਰਾਬਰ ਤਨਖਾਹ ਦਾ ਕੰਮ ਸਿਸਟਮ ਸਹੀ ਰਹਿਣਾ ਚਾਹੀਦਾ।